ਪੁਲਿਸ ਦੀ ਗ੍ਰਿਫਤ ਚ ਖੜੀ ਇਸ ਮਾਂ ਨੇ ਦੂਜਾ ਵਿਆਹ ਕਰਵਾਉਣ ਦੇ ਖਾਤਿਰ ਆਪਣੇ ਨਾਜਾਇਜ਼ ਰਿਸ਼ਤੇ ਚ ਰੋੜਾ ਬਣ ਰਹੀਆਂ ਆਪਣੀਆਂ ਦੋ ਧੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਨਹਿਰ ਚ ਸੁੱਟ ਦਿੱਤਾ। ਫੌਤ ਹੋਈਆਂ ਇਹਨਾਂ ਦੋਵੇਂ ਕੁੜੀਆਂ ਦੀ ਉਮਰ ਵੀ ਸੀ ਤਾਂ ਮਹਿਜ਼ 8 ਤੇ 10 ਸਾਲ। ਤੁਸੀਂ ਵੀ ਸੁਣੋ ਕਿਵੇਂ ਆਪਣੀਆਂ ਦੋਵੇਂ ਧੀਆਂ ਨੂੰ ਪਿਆਰ ਦੇ ਨਾਂ ਤੇ ਮੌਤ ਦੇ ਘਾਟ ਉਤਾਰਨ ਦੀ ਸਾਜਿਸ਼ ਇਸ ਬੇਰਹਿਮ ਮਾਂ ਵੱਲੋਂ ਘੜੀ ਗਈ ਸੀ। ਉਹਨੇ ਮੈਨੂੰ ਇਹ ਕਿਹਾ ਤਾ ਜੀ, ਕਹਿੰਦਾ ਦੋ ਗੁੱਡੀਆਂ ਮੈਂ 8 ਵਾਲੀ ਗੱਡੀ 'ਤੇ ਆਈ ਹਾਂ ਜੀ, 8 ਵਾਲੀ ਗੱਡੀ 'ਤੇ ਆਈ ਹਾਂ, ਮੈਂ ਬਰਫੀ ਲਿੱਤੀ ਹੈ 50 ਰੁਪਏ ਦੀ ਜੀ, ਬਰਫੀ ਅਸੀਂ ਖਾ ਕੇ ਤਿੰਨੋ ਮਾਂ ਬੇਟੀਆਂ ਨੇ ਜੀ, ਅਸੀਂ ਬਰਫੀ ਖਾਈ ਹੈ। ਮੈਨੂੰ ਜਿਹੜੀ ਛੋਟੀ ਕੁੜੀ ਦਾ ਉਹਦਾ ਮੂੰਹ ਪੋਚ ਕੇ ਜੀ ਗਲ ਬੁੱਚਿਆ ਜੀ, ਜਿਹੜੀ ਵੱਡੀ ਕੁੜੀ ਹੈ ਜੀ, ਜਿਹੜੀ ਵੱਡੀ ਕੁੜੀ ਹੈ ਜੀ, ਉਹ ਵੱਡੀ ਕੁੜੀ ਦਾ ਵੀ ਮੈਨੇ ਗਲ ਪੋਚ ਕੇ ਫਿਰ ਡਿੱਗੀ ਜੀ। ਆ ਜਿਹੜਾ ਬੰਦਾ ਜੀ, ਇਸ ਬੰਦੇ ਨੇ ਮੈਨੂੰ ਫੋਨ ਕੀਤਾ ਜੀ, ਕਹਿੰਦਾ ਤੁਹਾਨੂੰ ਉਹ ਕੰਮ ਕਰਤਾ ਜੀ, ਮੈਂ ਹਾਂ ਜੀ ਕਰਤਾ, ਕਹਿੰਦਾ ਜੀ ਫਿਰ ਮੈਂ ਸਟੇਸ਼ਨ 'ਤੇ ਆ ਗਈ, ਸਟੇਸ਼ਨ 'ਤੇ ਆ ਕੇ ਜੀ ਮੈਂ 7 ਵਾਲੀ ਗੱਡੀ 'ਤੇ ਵਾਪਸ ਗਈ ਜੀ, ਜਿਹੜੀ ਰਾਤ ਨੂੰ 7 ਵਾਲੀ ਗੱਡੀ ਜਾਂਦੀ ਜੀ। ਇਹ ਫਿਰ ਇਹ ਬੋਲਿਆ, ਕਹਿੰਦਾ ਕਿੱਥੇ ਤੂੰ, ਮੈਂ ਕਿਹਾ ਮੈਂ ਸਟੇਸ਼ਨ 'ਤੇ ਆ ਗਈ ਸਨਾਮ, ਕਹਿੰਦਾ ਤੂੰ ਮੇਰੇ ਘਰ ਆ ਜਾਓ ਜੀ, ਇਹਨੇ ਆਪਦੇ ਘਰ ਬੁਲਾ ਲਈ ਜੀ। 3 ਦਿਨ ਮੈਂ ਘਰ ਰਹੀ ਹਾਂ ਜੀ, ਇਹਨੇ ਉੱਪਰ ਇਹਨੇ ਖੱਟ 'ਚ ਬਾਰੇ 'ਤੇ ਢਾਹ ਲਿਆ, ਇਹਨੇ ਸੁਰਪਾ ਕੀਤਾ ਜੀ, ਇਹਨੇ ਕਿਹਾ ਤਾ ਜੀ ਕਹਿੰਦਾ ਮੇਰੇ ਨਾਲ ਵਿਆਹ ਕਰਾ ਲਓ ਜੀ। ਦੂਸਰਾ ਵਿਆਹ ਕਰਵਾਉਣ ਦੀ ਲਾਲਸਾ ਵਿੱਚ ਮਾਂ ਨੇ ਆਪਣੀ ਧੀਆਂ ਦਾ ਕਤਲ ਕੀਤਾ ਅਤੇ ਉਸਨੂੰ ਲੁਕਾਉਣ ਲਈ ਸਾਜਿਸ਼ ਨੂੰ ਵੀ ਅੰਜਾਮ ਦਿੱਤਾ, ਜਿਸ ਨੂੰ ਪੁਲਿਸ ਨੇ ਅੱਜ ਹੱਲ ਕਰ ਲਿਆ ਹੈ। ਲੜਕੀਆਂ ਦੀ ਮਾਤਾ ਹੈ ਪੂਜਾ, ਜਿਹਦੇ ਘਰ ਵਾਲੇ ਦੀ ਤਕਰੀਬ 1.5-2 ਮਹੀਨੇ ਪਹਿਲਾਂ ਬਿਮਾਰੀ ਨਾਲ ਮੌਤ ਹੋ ਚੁੱਕੀ ਸੀ, ਅਤੇ ਇਸ ਦੇ 3 ਲੜਕੀਆਂ, ਵੱਡੀ ਲੜਕੀ ਜਿਹੜੀ ਹੈ ਉਹ ਲਗਭਗ 15 ਸਾਲ ਦੇ ਕਰੀਬ ਹੈ, ਜਿਹੜੀ ਆਪਣੇ ਮਾਸੀ ਜੀ ਪਾਸ ਰਹਿੰਦੀ ਹੈ, ਔਰ ਇੱਕ ਜਿਹੜਾ ਬੇਟਾ ਹੈ ਉਹ ਆਪਣੇ ਦਾਦਾ ਦਾਦੀ ਪਾਸ ਨਾਮ ਹੀ ਰਹਿੰਦਾ ਹੈ। ਇਹ ਦੋਨੋਂ ਲੜਕੀਆਂ ਜਿਹੜੀਆਂ ਨੇ ਮਰਨ ਵਾਲੀਆਂ ਅਤੇ ਇਹਨਾਂ ਦੀ ਮਾਂ, ਇਹ ਇਕੱਠੇ ਸੁਨਾਮ ਆਪਣੇ ਅਲੱਗ ਰਹਿੰਦੇ ਸੀ, ਤਾਂ ਇਹਦੇ ਜਿਹੜੇ ਹੈ ਸੰਬੰਧ ਕਿਸੇ ਅਜੇ ਕੁਮਾਰ ਦੇ ਲੜਕੇ ਨਾਲ ਜਿਹੜਾ ਹੋ ਗਏ ਨੇ, ਤਾਂ ਇਸ ਲਈ ਜਿਹੜਾ ਹੈ ਇਹ ਉਹਨਾਂ ਨਾਲ ਸ਼ਾਦੀ ਵਗੈਰਾ ਕਰਨਾ ਚਾਹੁੰਦੀ ਸੀ, ਇਸ ਕਰਕੇ ਜਿਹੜਾ ਹੈ ਇਸ ਨੇ ਇਹ ਦੋਨੇ ਲੜਕੀਆਂ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਹੋਏ ਇਹਨਾਂ ਨੂੰ ਮਾਰਕ ਪਾ ਕੇ ਸੁਨਾਮ ਜਿਹੜਾ ਸੁਨਾਮ ਤੋਂ ਟ੍ਰੇਨ ਰਾਹੀਂ ਆ ਕੇ ਲਹਿਰੇ ਜਿਹੜੀ ਨਹਿਰ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਹੈ ਰੇਲਵੇ ਕਰੋਸਿੰਗ ਤੋਂ ਥੋੜ੍ਹਾ ਅੱਗੇ ਉੱਥੇ ਜਿਹੜਾ ਹੈ ਇਹ ਸੁੱਟਿਆ। ਫਿਲਹਾਲ ਪੁਲਿਸ ਨੇ ਦੋਵੇਂ ਅਣਪਛਾਤੀ ਲਾਸ਼ਾਂ ਦੀ ਪਛਾਣ ਕਰਕੇ ਮੁਲਜ਼ਮ ਬੇਰਹਿਮ ਮਾਂ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੈ, ਪਰ ਹਾਲੇ ਵੀ ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਹ ਮਾਮਲਾ ਹੱਲ ਕਰਨ ਦੇ ਪੁਲਿਸ ਆਪਣੀ ਪਿੱਠ ਥਾਪੜਦੀ ਨਜ਼ਰ ਆ ਰਹੀ ਹੈ। ਲਹਿਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ, ਡੇਲੀ ਪੋਸਟ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।